ਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰੇ ਸਾਰੀ ਸਰੋਤਿਆਂ ਨੂੰ ਜਿਆਨੂ ਆਪਦੇ ਮਸ਼ਹੂਰ ਲੀਡਰ ਰਾਗਵ ਚੱਡਾ ਦੇ ਬਾਰੇ ਆਈ ਵੱਡੀ ਖਬਰ ਸਾਰੇ ਪਾਸੇ ਹੋਈ ਚਰਚਾ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਦੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਹਾਂਜੀ ਹੁਣ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਰਾਗਵ ਚੱਡਾ ਦੇ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ ਪੰਜਾਬ ਦੇ ਵਿੱਚ ਜਿੱਥੇ ਨੌਜਵਾਨ ਨੇਤਾ ਰਾਗਵ ਚੱਟਣ ਨੂੰ ਆਮ ਆਦਮੀ ਪਾਰਟੀ ਦੁਆਰਾ ਅਨੁਕ੍ਰਿਤ ਕੀਤਾ ਗਿਆ ਸੀ ਤੇ ਜਿਸ ਵੱਲੋਂ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਅਹਿਮ ਯੋਗਦਾਨ ਪਾਇਆ ਗਿਆ ਹੈ ਜਿਸ ਵੱਲੋਂ ਸਰਗਰਮ ਹੋ ਕੇ ਭਗਵੰਤ ਮਾਨ ਨੂੰ ਸਮਰਥਨ ਕੀਤਾ ਗਿਆ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਵੱਲ ਜਿੱਥੇ ਰਾਜ ਸਭਾ ਵਿੱਚ ਕ੍ਰਿਕਟਰ ਭਜਨ ਸਿੰਘ ਨੂੰ ਭੇਜਣ ਦਾ ਨਾਮ ਸਾਹਮne ਲਿਆ ਹੁੰਦਾ ਹੈ ਤੇ ਉਸ ਉੱਪਰ ਕਾਫੀ ਚਰਚਾ ਹੋਈ ਹੈ ਉੱਥੇ ਨੌਜਵਾਨ ਨੇਤਾ ਰਾਗਵ ਚੱਟਣਾ ਦਾ ਨਾਮ ਸਾਹਮne ਆਇਆ ਹੈ ਜਿਸ ਨੂੰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਪੰਜਾਬ ਤੋਂ ਰਾਜ ਸਭਾ ਭੇਜ ਸਕਦੀ ਹੈ ਕ੍ਰਿਕਟਰ ਭਜਨ ਸਿੰਘ ਨੇ ਦੇ ਨਾਮ ਤੋਂ ਬਾਅਦ ਹੁਨਾਮਾਨੀ ਪਾਰਟੀ ਦੇ ਅੰਦਰ ਰਾਗਵ ਚੱਡਾ ਨੂੰ ਰਾਜ ਸਭਾ ਵਿੱਚ ਭੇਜਣ ਦਾ ਨਾਮਬਰ ਕੇ ਸਾਹਮਣੇ ਆਇਆ ਹੈ ਇਸ ਬਾਰੇ ਅਜੇ ਆਮ ਆਦਮੀ ਪਾਰਟੀ ਵੱਲੋਂ ਅਧਿਕਾਰਤ ਤੌਰ ਤੇ ਕੋਈ ਵੀ ਐਲਾਨ ਨਹੀਂ ਕੀਤਾ ਗਿਆ ਉੱਥੇ ਆਖਿਆ ਜਾ ਰਿਹਾ ਹੈ ਕਿ ਰਾਗਵ ਚੱਡਾ ਭਗਵੰਤ ਮਾਨ ਦੇ ਕਾਫੀ ਨਜ਼ਦੀਕ ਨੇ ਖਬਰਾਂ ਸ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ